ਦਰਅਸਲ ਜੂਨ ਦੇ ਮਹੀਨੇ ਵਿੱਚ ਤਾਪਮਾਨ 40 ਤੋਂ 45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਸ ਦੇ ਨਾਲ ਹੀ ਮਈ ਜੂਨ ਵਿੱਚ ਹੋਈ ਬਾਰਿਸ਼ ਕਾਰਨ ਇਹ ਤਾਪਮਾਨ ਕਾਫੀ ਹੱਦ ਤੱਕ ਹੇਠ ਆ ਗਿਆ ਹੈ ਅਤੇ 30 ਤੋਂ 35 ਡਿਗਰੀ ਤੱਕ ਤਾਪਮਾਨ ਘਟ ਗਿਆ ਹੈ, ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਗਰਮੀਆਂ ਵਿੱਚ ਮਿੱਟੀ ਦੇ ਭਾਂਡੇ ਵੇਚਣ ਵਾਲਿਆਂ ਲਈ ਮੁਸ਼ਕਿਲ ਹੋ ਗਈ ਹੈ, ਕਿਉਂਕਿ ਤਾਪਮਾਨ ਵਿੱਚ ਗਿਰਾਵਟ ਕਾਰਨ ਮਟਕਿਆਂ ਦੀ ਵਿਕਰੀ ਕਾਫੀ ਘੱਟ ਹੋ ਰਹੀ ਹੈ। ਦੱਸ ਦਈਏ ਕਿ ਗਰਮੀਆਂ ਵਿੱਚ ਫ੍ਰਿਜ ਦਾ ਪਾਣੀ ਪੀਣ ਦੀ ਬਜਾਏ ਘੜੇ ਦਾ ਪਾਣੀ ਪੀਣਾ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਕਈ ਲੋਕ ਘੜੇ ਦਾ ਪਾਣੀ ਪੀਣ ਨੂੰ ਜ਼ਿਆਦਾ ਪਸੰਦ ਕਰਦੇ ਹਨ। अजीत पंजाबी दी ऑथेंटिक खबरों के लिए सबसक्राइब करो अजीत वैब टीवी और ताज़ी खबरों की नोटिफिकेशन पाने के लिए बैल आइकन पर क्लिक करो। ਅਸੀਂ ਆਣ ਕੇ ਇਹੀ ਕੰਮ ਕੀਤਾ ਹੋਇਆ ਇੱਥੇ ਆਣ ਕੇ। ਹਾਂਜੀ, ਸਾਡੇ ਪੇਕੇ ਵੱਲੋਂ ਨਹੀਂ ਸੀ ਇੱਦਾਂ ਮਿੱਟੀ ਦਾ ਕੰਮ। ਨਹੀਂ ਕਿਹਾ ਤਾਂ ਚੱਲਦਾ ਹੈ ਕੰਮ ਅੱਗੇ ਅੱਗੇ ਤਾਂ ਵਧੀਆ ਚੱਲਦੇ ਸੀ, ਹੁਣ ਕੇ ਮੌਸਮ ਵੱਲੋਂ ਹੀ ਹੋ ਗਿਆ ਹੈਗਾ। ਬਰਸਾਤ ਹੁੰਦੀ ਪਈ ਹੈਗੀ ਤਾਂ ਕਰਕੇ ਘੜੇ ਦਾ ਕੰਮ ਹਲਕੀ ਘੱਟ ਹੀ ਹੈਗਾ। ਹੁੰਦੇ ਪਿਛਲੇ ਸਾਲ ਬਹੁਤ ਵਧੀਆ ਸੀਜ਼ਨ ਸੀਗਾ ਸਾਡਾ। ਇਸ ਸਾਲ ਸਾਡਾ ਘੜੇ ਜਿਹੜੇ ਇੱਕ ਇੱਕ ਗੱਡੀਆਂ ਵੀ ਨਹੀਂ ਵਿਕ ਚੁੱਕੀਆਂ, ਇੱਦਾਂ ਹੀ ਪਈਆਂ ਹਲੇ ਤੱਕ ਤਾਂ। ਅੱਗੇ ਇੰਨੀ ਗਰਮੀ ਮੌਸਮ ਕਰਕੇ ਨਾ ਸਾਰਾ ਕੁਛ, ਮੌਸਮ ਰਾਤੀ ਮੀਂਹ ਪੈ ਜਾਂਦਾ, ਦਿਨੇ ਧੁੱਪ ਨਿਕਲਦੀ ਹੈ, ਪਿਆਸ ਕਿੱਥੇ ਲੱਗਣੀ। ਹੁਣੇ ਘੱਟੋ ਘੱਟ 70 ਸਾਲ ਦੀ ਮੇਰੀ ਉਮਰ ਹੋ ਗਈ ਹੈ, 45 ਸਾਲ ਤਾਂ ਮੈਨੂੰ ਹੋ ਹੀ ਗਏ ਨੇ ਤੇ ਮੈਂ ਜਦੋਂ ਵੀ ਆਈ ਭਾਂਡੇ ਬਣਾਉਂਦੀ ਹਾਂ। ਤੇ ਮਟਕੇ ਆਪ ਹੀ ਬਣਾਉਂਦੇ? ਮਟਕੇ ਅਸੀਂ ਛੋਟਾ ਮੋਟਾ ਕੰਮ ਕਰੀਦਾ ਹੈਗਾ, ਜਿੱਥੇ ਅਸੀਂ ਲੱਗੇ ਹਾਂ ਛੋਟਾ ਮੋਟਾ ਜਿਹੜਾ ਕੰਮ ਕਰੀਦਾ ਉਹ ਸਾਡਾ ਜਾਂਦਾ ਬਾਜ਼ਾਰ ਤੇ, ਸ਼ੈਪ ਹੀ ਲੱਗ ਜਾਂਦਾ। ਅਸੀਂ ਬਣਾਉਂਦੇ ਜਿਹੜਾ ਪਾਰਟੀ ਜਾ ਕੇ ਸਮਾਨ ਲੱਗਦਾ ਹੈ ਉਹ ਅਸੀਂ ਬਣਾਉਂਦੇ। ਜਿਹੜਾ ਸਮਾਨ ਸਾਡਾ ਇਹ ਹੈਗਾ ਕਿ ਸਾਡਾ ਸਾਰਾ ਬਾਹਰਲਾ ਹੀ ਹੈ, ਬਾਹਰੋਂ ਲੈ ਕੇ ਆਉਂਦੇ, ਬਾਹਰੋਂ ਲੈ ਕੇ ਆਉਂਦੇ। ਪਰ ਮਟਕੇ ਵੀ ਹੁਣ ਕਈ ਤਰ੍ਹਾਂ ਦੇ ਆਉਣ ਲੱਗ ਪਏ ਨਾ? ਕਈ ਤਰ੍ਹਾਂ ਦੇ ਆ ਗਏ, ਪਹਿਲਾਂ ਤੇ ਆਹੀ ਚੱਲਦੇ ਸੀਗੇ, ਬਗੈਰ ਟੂਟੀਆਂ ਤੋਂ ਸਿੰਪਲ ਹੀ ਵੇਚਦੇ ਹੁੰਦੇ ਸੀਗੇ। ਫਿਰ ਟੂਟੀਆਂ ਦਾ ਰਿਵਾਜ਼ ਆ ਗਿਆ, ਫਿਰ ਟੂਟੀ ਲਾਉਣ ਲੱਗ ਪਏ, ਫਿਰ ਬਾਅਦ 'ਚ ਆ ਵਾਟਰ ਕੂਲਰ ਆ ਗਏ, ਫਿਰ ਇਹ ਹੁਣ ਲਿਆਉਣ ਲੱਗ ਪਏ ਨਿਆਣੇ, ਹੁਣ ਇਹ ਵੇਚਣ ਲੱਗ ਪਏ। ਹੁਣ ਇਹ ਤੋਂ ਇਲਾਵਾ ਇੱਕ ਹੋਰ ਆਇਆ ਸੀਗਾ ਪੇਂਟਿੰਗ ਕੜਾ, ਉੱਥੇ ਰੱਖਿਆ ਉਹ ਸਾਹਮਣੇ ਪਏ ਜਿਹੜੇ, ਉਹ ਆ ਗਏ, ਉਹ ਵੀ ਵੇਚੇ, ਪਰ ਉਹ ਉਹਨਾਂ ਦੀ ਘੱਟ ਲੱਗਦਾ ਕਿਉਂਕਿ ਉਹ ਮੈਂ